ਇਹ ਖਬਰ ਖਾਸ ਕਰਕੇ ਬੱਚਿਆਂ ਦੇ ਮਾਪਿਆਂ ਲਈ ਹੈ। ਜੇਕਰ ਤੁਸੀਂ ਵੀ ਆਪਣੇ ਬੱਚਿਆਂ ਨੂੰ ਮੋਬਾਈਲ ਗੇਮ ਖੇਡਣ ਨੂੰ ਦਿੰਦੇ ਹੋ ਤਾਂ ਅੱਜ ਹੀ ਸਾਵਧਾਨ ਹੋ ਜਾਓ। ਬੱਚਿਆਂ ਵਿੱਚ ਆਨਲਾਈਨ ਮੋਬਾਈਲ ਗੇਮ ਖੇਡਣ ਦਾ ਜਨੂੰਨ ਤੁਹਾਨੂੰ ਕਿਸੇ ਵੱਡੇ ਜੋਖਮ ਵਿੱਚ ਪਾ ਸਕਦਾ ਹੈ। ਅਜਿਹੀ ਹੀ ਇੱਕ ਖਬਰ ਭਾਰਤ ਦੇ ਗੁਆਂਢੀ ਮੁਲਕ ਚੀਨ ਤੋਂ ਸਾਹਮਣੇ ਆਈ ਹੈ। ਅੱਗੇ ਜੋ ਤੁਹਾਨੂੰ ਦੱਸਣ ਜਾ ਰਹੇ ਹਾਂ ਉਸ ਨੂੰ ਸੁਣ ਕੇ ਤੁਹਾਡੇ ਪੈਰਾਂ ਹੇਠੋਂ ਜ਼ਮੀਨ ਖਿਸਕਣ ਵਾਲੀ ਹੈ। ਦੱਸ ਦਈਏ ਕਿ ਇੱਕ 13 ਸਾਲਾਂ ਦੀ ਕੁੜੀ ਨੂੰ ਆਨਲਾਈਨ ਮੋਬਾਈਲ ਗੇਮਾਂ ਖੇਡਣ ਦੀ ਇੰਨੀ ਆਦਤ ਪੈ ਚੁੱਕੀ ਸੀ ਕਿ ਉਸਨੇ ਗੇਮ ਖੇਡ ਕੇ ਆਪਣੀ ਮਾਂ ਦੇ ਖਾਤੇ 'ਚੋਂ 52 ਲੱਖ ਰੁਪਏ ਚੋਰੀ ਕਰਕੇ ਗੇਮਾਂ 'ਤੇ ਖਰਚ ਕਰ ਦਿੱਤੇ। ਅੰਤ ਵਿੱਚ ਉਸਦੀ ਮਾਂ ਦੇ ਖਾਤੇ ਵਿੱਚ ਸਿਰਫ 5 ਰੁਪਏ ਬਚੇ ਸਨ। ਸਾਊਥ ਚਾਈਨਾ ਮਾਰਨਿੰਗ ਪੋਸਟ ਦੀ ਇੱਕ ਖਬਰ ਮੁਤਾਬਕ ਦੱਸਿਆ ਜਾ ਰਿਹਾ ਕਿ ਕੁੜੀ ਨੇ 4 ਮਹੀਨਿਆਂ ਵਿੱਚ ਇੰਨੇ ਪੈਸੇ ਖਰਚ ਕੀਤੇ ਸਨ। ਖਬਰ ਮੁਤਾਬਕ ਇਹ ਵੀ ਦੱਸਿਆ ਜਾ ਰਿਹਾ ਕਿ ਕੁੜੀ ਨੇ ਇਹ ਸਭ ਕੁਝ ਕਬੂਲ ਕੀਤਾ ਹੈ ਕਿ ਉਸਨੇ ਇੰਨੀ ਵੱਡੀ ਰਕਮ ਗੇਮ ਖੇਡ ਕੇ ਖਰਚ ਕੀਤੀ ਹੈ। ਜਾਣਕਾਰੀ ਲਈ ਦੱਸ ਦਈਏ ਕਿ ਕੁੜੀ ਨੇ ਕਿਹਾ ਕਿ ਉਸਨੂੰ ਪੈਸੇ ਦੀ ਬਹੁਤੀ ਸਮਝ ਨਹੀਂ ਆਉਂਦੀ, ਇਹ ਕਿੱਥੋਂ ਆਉਂਦਾ ਹੈ ਅਤੇ ਕਿਵੇਂ ਆਉਂਦਾ ਹੈ। ਜਦੋਂ ਉਸਨੂੰ ਘਰ ਵਿੱਚ ਡੈਬਿਟ ਕਾਰਡ ਮਿਲਿਆ ਤਾਂ ਉਸਨੇ ਡੈਬਿਟ ਕਾਰਡ ਨੂੰ ਆਪਣੇ ਸਮਾਰਟਫੋਨ ਨਾਲ ਲਿੰਕ ਕਰ ਲਿਆ। ਕੁੜੀ ਨੂੰ ਇਹ ਵੀ ਯਾਦ ਸੀ ਕਿ ਜਦੋਂ ਮਾਪੇ ਆਸ-ਪਾਸ ਨਹੀਂ ਹੁੰਦੇ ਤਾਂ ਉਸਦੀ ਮਾਂ ਉਸਨੂੰ ਪੈਸਿਆਂ ਦੀ ਲੋੜ ਪੈਣ 'ਤੇ ਕਾਰਡ ਦਾ ਪਾਸਵਰਡ ਦੱਸਦੀ ਸੀ। ਇਸੇ ਦਾ ਇਸਤੇਮਾਲ ਕਰਕੇ ਕੁੜੀ ਨੇ ਮਾਂ ਦੇ ਖਾਤੇ 'ਚੋਂ 1 ਲੱਖ ਰੁਪਏ ਉਡਾ ਦਿੱਤੇ। ਜੇਕਰ ਤੁਸੀਂ ਵੀ ਆਪਣੇ ਬੱਚਿਆਂ ਨੂੰ ਬੈਂਕ ਖਾਤੇ ਦਾ ਪਾਸਵਰਡ ਦੱਸਿਆ ਹੈ ਤਾਂ ਅੱਜ ਹੀ ਸਤਰਕ ਹੋ ਜਾਓ, ਕਿਤੇ ਤੁਹਾਡਾ ਖਾਤਾ ਵੀ ਖਾਲੀ ਨਾ ਹੋ ਜਾਵੇ। ਇਹ ਖਬਰ ਖਾਸ ਕਰਕੇ ਬੱਚਿਆਂ ਦੇ ਮਾਪਿਆਂ ਲਈ ਹੈ। ਜੇਕਰ ਤੁਸੀਂ ਵੀ ਆਪਣੇ ਬੱਚਿਆਂ ਨੂੰ ਮੋਬਾਈਲ ਗੇਮ ਖੇਡਣ ਨੂੰ ਦਿੰਦੇ ਹੋ ਤਾਂ ਅੱਜ ਹੀ ਸਾਵਧਾਨ ਹੋ ਜਾਓ। ਬੱਚਿਆਂ ਵਿੱਚ ਆਨਲਾਈਨ ਮੋਬਾਈਲ ਗੇਮ ਖੇਡਣ ਦਾ ਜਨੂੰਨ ਤੁਹਾਨੂੰ ਕਿਸੇ ਵੱਡੇ ਜੋਖਮ ਵਿੱਚ ਪਾ ਸਕਦਾ ਹੈ। ਅਜਿਹੀ ਹੀ ਇੱਕ ਖਬਰ ਭਾਰਤ ਦੇ ਗੁਆਂਢੀ ਮੁਲਕ ਚੀਨ ਤੋਂ ਸਾਹਮਣੇ ਆਈ ਹੈ। ਅੱਗੇ ਜੋ ਤੁਹਾਨੂੰ ਦੱਸਣ ਜਾ ਰਹੇ ਹਾਂ ਉਸ ਨੂੰ ਸੁਣ ਕੇ ਤੁਹਾਡੇ ਪੈਰਾਂ ਹੇਠੋਂ ਜ਼ਮੀਨ ਖਿਸਕਣ ਵਾਲੀ ਹੈ। ਦੱਸ ਦਈਏ ਕਿ ਇੱਕ 13 ਸਾਲਾਂ ਦੀ ਕੁੜੀ ਨੂੰ ਆਨਲਾਈਨ ਮੋਬਾਈਲ ਗੇਮਾਂ ਖੇਡਣ ਦੀ ਇੰਨੀ ਆਦਤ ਪੈ ਚੁੱਕੀ ਸੀ ਕਿ ਉਸਨੇ ਗੇਮ ਖੇਡ ਕੇ ਆਪਣੀ ਮਾਂ ਦੇ ਖਾਤੇ 'ਚੋਂ 52 ਲੱਖ ਰੁਪਏ ਚੋਰੀ ਕਰਕੇ ਗੇਮਾਂ 'ਤੇ ਖਰਚ ਕਰ ਦਿੱਤੇ। ਅੰਤ ਵਿੱਚ ਉਸਦੀ ਮਾਂ ਦੇ ਖਾਤੇ ਵਿੱਚ ਸਿਰਫ 5 ਰੁਪਏ ਬਚੇ ਸਨ। ਸਾਊਥ ਚਾਈਨਾ ਮਾਰਨਿੰਗ ਪੋਸਟ ਦੀ ਇੱਕ ਖਬਰ ਮੁਤਾਬਕ ਦੱਸਿਆ ਜਾ ਰਿਹਾ ਕਿ ਕੁੜੀ ਨੇ 4 ਮਹੀਨਿਆਂ ਵਿੱਚ ਇੰਨੇ ਪੈਸੇ ਖਰਚ ਕੀਤੇ ਸਨ। ਖਬਰ ਮੁਤਾਬਕ ਇਹ ਵੀ ਦੱਸਿਆ ਜਾ ਰਿਹਾ ਕਿ ਕੁੜੀ ਨੇ ਇਹ ਸਭ ਕੁਝ ਕਬੂਲ ਕੀਤਾ ਹੈ ਕਿ ਉਸਨੇ ਇੰਨੀ ਵੱਡੀ ਰਕਮ ਗੇਮ ਖੇਡ ਕੇ ਖਰਚ ਕੀਤੀ ਹੈ। ਜਾਣਕਾਰੀ ਲਈ ਦੱਸ ਦਈਏ ਕਿ ਕੁੜੀ ਨੇ ਕਿਹਾ ਕਿ ਉਸਨੂੰ ਪੈਸੇ ਦੀ ਬਹੁਤੀ ਸਮਝ ਨਹੀਂ ਆਉਂਦੀ, ਇਹ ਕਿੱਥੋਂ ਆਉਂਦਾ ਹੈ ਅਤੇ ਕਿਵੇਂ ਆਉਂਦਾ ਹੈ। ਜਦੋਂ ਉਸਨੂੰ ਘਰ ਵਿੱਚ ਡੈਬਿਟ ਕਾਰਡ ਮਿਲਿਆ ਤਾਂ ਉਸਨੇ ਡੈਬਿਟ ਕਾਰਡ ਨੂੰ ਆਪਣੇ ਸਮਾਰਟਫੋਨ ਨਾਲ ਲਿੰਕ ਕਰ ਲਿਆ। ਕੁੜੀ ਨੂੰ ਇਹ ਵੀ ਯਾਦ ਸੀ ਕਿ ਜਦੋਂ ਮਾਪੇ ਆਸ-ਪਾਸ ਨਹੀਂ ਹੁੰਦੇ ਤਾਂ ਉਸਦੀ ਮਾਂ ਉਸਨੂੰ ਪੈਸਿਆਂ ਦੀ ਲੋੜ ਪੈਣ 'ਤੇ ਕਾਰਡ ਦਾ ਪਾਸਵਰਡ ਦੱਸਦੀ ਸੀ। ਇਸੇ ਦਾ ਇਸਤੇਮਾਲ ਕਰਕੇ ਕੁੜੀ ਨੇ ਮਾਂ ਦੇ ਖਾਤੇ 'ਚੋਂ 1 ਲੱਖ ਰੁਪਏ ਉਡਾ ਦਿੱਤੇ। ਜੇਕਰ ਤੁਸੀਂ ਵੀ ਆਪਣੇ ਬੱਚਿਆਂ ਨੂੰ ਬੈਂਕ ਖਾਤੇ ਦਾ ਪਾਸਵਰਡ ਦੱਸਿਆ ਹੈ ਤਾਂ ਅੱਜ ਹੀ ਸਤਰਕ ਹੋ ਜਾਓ, ਕਿਤੇ ਤੁਹਾਡਾ ਖਾਤਾ ਵੀ ਖਾਲੀ ਨਾ ਹੋ ਜਾਵੇ। ਬਿਊਰੋ ਰਿਪੋਰਟ, ਹਕੀਕਤ ਟੀਵੀ, ਪੰਜਾਬੀ।